ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ, ਉਹਦੇ ਉਮੀਦਵਾਰ ਜਿਤਾ ਕੇ ਜਾਂ ਜਿਹੜੇ ਪੰਥਕ ਉਮੀਦਵਾਰ ਮੈਦਾਨ ਵਿੱਚ ਨੇ ਇਹਨਾਂ ਨੂੰ ਜਿਤਾ ਕੇ ਅਸੀਂ ਅਕਾਲੀ ਦਲ ਪੱਕੇ ਦੀ ਸਥਾਪਨਾ ਕਰੀਏ। ਗੱਲ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਲੋਕਾਂ ਨੇ ਵਾਰੀ ਵਾਰੀ ਕਾਂਗਰਸ ਨੂੰ, ਬਾਦਲ ਦਲ ਨੂੰ, ਆਪ ਨੂੰ, BJP ਨੂੰ ਬੜੇ ਮੌਕੇ ਦਿੱਤੇ ਨੇ ਵੋਟਾਂ ਪਾ ਕੇ ਇਨਸਾਫ ਲੈਣ ਵਾਸਤੇ, ਪਰ ਅੱਜ ਸਾਰੇ ਦੇ ਸਾਰੇ ਜਿਹੜੇ ਵੋਟਰ ਨੇ ਉਹ ਨਿਰਾਸ਼ ਨੇ, ਇੱਥੇ ਇਨਸਾਫ ਨਹੀਂ ਮਿਲਿਆ। ਇਸ ਕਰਕੇ ਦੂਸਰੇ ਪਾਸੇ ਖਾਲਸਾ ਪੰਥ ਦੀ ਜੇ ਆਪਾਂ ਗੱਲ ਕਰਦੇ ਹਾਂ ਜਾਂ ਸਿੱਖ ਕੌਮ ਦੀ ਗੱਲ ਕਰਦੇ ਹਾਂ, ਮੋਰਚੇ ਵੀ ਬੜੇ ਵੱਡੇ ਵੱਡੇ ਲਾ ਕੇ ਵੇਖੇ ਨੇ, ਮਾਰਚ ਵੀ ਬੜੇ ਆਪਾਂ ਸਾਰਿਆਂ ਨੇ ਕੀਤੇ ਨੇ, ਮੈਮੋਰੈਂਡਮ ਵੀ ਆਪਾਂ ਬਹੁਤ ਦਿੱਤੇ ਨੇ, ਪਰ ਕਿਸੇ ਵੀ ਸਰਕਾਰ ਨੇ ਇਨਸਾਫ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਇਹਨਾਂ ਸਾਰਿਆਂ ਨੇ ਜਿੱਥੇ ਦੋਸ਼ੀਆਂ ਨੂੰ ਬਚਾਇਆ ਉੱਥੇ ਰੱਜ ਕੇ ਸਿਆਸਤ ਕੀਤੀ ਹੈ। ਮੈਂ ਸਰਬੱਤ ਖਾਲਸਾ ਜਿੰਨੀਆਂ ਧਿਰਾਂ ਨੇ ਔਰ ਜਿੰਨੇ ਸਾਡੇ ਜਥੇਦਾਰ ਸਾਹਿਬਾਨ ਨੇ ਸਰਬੱਤ ਖਾਲਸਾ ਨੇ ਬਣਾਏ, ਉਹਨਾਂ ਨੂੰ, ਜਿੰਨੀਆਂ ਸਿੱਖ ਸਟੂਡੈਂਟ ਫੈਡਰੇਸ਼ਨਾਂ ਨੇ ਉਹਨਾਂ ਨੂੰ, ਜਿੰਨੀਆਂ ਟਕਸਾਲਾਂ ਨੇ ਉਹਨਾਂ ਨੂੰ, ਜਿੰਨੀਆਂ ਸੰਪਰਦਾਵਾਂ ਨੇ ਉਹਨਾਂ ਨੂੰ, ਔਰ ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਹੜੇ ਜਿਹੜੇ ਬਾਦਲ ਦਲ, ਕਾਂਗਰਸ, ਭਾਜਪਾ ਆਪ ਦਾ ਪੰਜਾਬ ਦੇ ਵਿੱਚੋਂ ਪੱਤਾ ਸਾਫ ਕਰਕੇ ਇੱਥੇ ਇਨਸਾਫ ਦਾ ਰਾਜ ਲਿਆਉਣਾ ਚਾਹੁੰਦੇ ਨੇ, ਉਹਨਾਂ ਨੂੰ ਅਪੀਲ ਕਰਦਾ ਵਾਂ ਕਿ ਸਾਡੇ ਆਪਸ ਵਿੱਚ ਮਤਭੇਦ ਹੋ ਸਕਦੇ ਨੇ, ਸਾਡੇ ਗਿਲੇ ਸ਼ਿਕਵੇ ਵੀ ਹੋ ਸਕਦੇ ਨੇ, ਪਰ ਕਾਂਗਰਸ ਨਾਲੋਂ, ਬਾਦਲ ਨਾਲੋਂ, ਆਪ ਨਾਲੋਂ, ਭਾਜਪਾ ਨਾਲੋਂ ਅਸੀਂ ਇੱਕ ਦੂਜੇ ਦੇ ਵੱਡੇ ਦੁਸ਼ਮਣ ਨਹੀਂ। ਸੋ ਜਦੋਂ ਅਸੀਂ ਬੈਠਾਂਗੇ, ਸਾਡੇ ਅੰਦਰੂਨੀ ਮਸਲੇ ਨੇ ਇਹ ਬੈਠ ਕੇ ਹੱਲ ਹੋ ਜਾਣਗੇ। ਇਸ ਲਈ ਮੈਂ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਦਾ ਫਰਜ਼ ਨਿਭਾਉਂਦਾ ਹੋਇਆ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਆਓ ਸਾਰੇ ਇਕੱਠੇ ਹੋ ਕੇ, ਬਹੁਤ ਸਾਰੇ ਸਾਡੇ ਵੀਰਾਂ ਨੂੰ ਇਹ ਖਦਸ਼ਾ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨਹੀਂ ਰਹਿ ਗਿਆ, ਪੰਜਾਬ ਦੇ ਵਿੱਚ ਅਕਾਲੀ ਦਲ ਜਿਹੜਾ ਉਹ ਧੜਿਆਂ 'ਚ ਵੰਡਿਆ ਗਿਆ, ਬੜੇ ਧੜੇ ਬਣ ਗਏ ਨੇ ਪੰਜਾਬ ਦੇ ਵਿੱਚ। ਜਿਹੜੇ ਅਕਾਲੀ ਦਲ ਨੇ ਰਾਜ ਕੀਤਾ, ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਸਿਆਸਤ ਕੀਤੀ ਹੈ, ਉਹਨੇ ਦੁਸ਼ਮਣ ਨੂੰ ਬਚਾਇਆ, ਦੋਸ਼ੀ ਨੂੰ ਬਚਾਇਆ। ਸਾਰੇ ਲੋਕ ਚਾਹੁੰਦੇ ਨੇ ਕਿ ਇੱਕ ਨਵਾਂ ਅਕਾਲੀ ਦਲ ਬਣੇ ਅਤੇ ਫਿਰ ਪੰਥ ਚੱਲੇ, ਇਸ ਕਰਕੇ ਖੇਤਰੀ ਪਾਰਟੀ ਹੋਣਾ ਬਹੁਤ ਜ਼ਰੂਰੀ ਹੈ। ਅਤੇ ਮੈਂ ਜੋ ਕਹਿਣਾ ਚਾਹੁੰਦਾ ਕਿ 1994 ਵਿੱਚ ਅਕਾਲ ਤਖਤ ਸਾਹਿਬ ਤੋਂ ਇੱਕ ਅਕਾਲੀ ਦਲ ਹੋਂਦ ਵਿੱਚ ਆਇਆ,
ਉਸ ਵੇਲੇ ਵੀ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਗੀ ਹੋ ਗਿਆ ਸੀ, ਬਾਕੀ ਸਾਰਿਆਂ ਨੇ ਮੰਨ ਲਿਆ ਸੀ। ਉਹ ਅੱਜ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਰੂਪ ਦੇ ਵਿੱਚ ਸਾਹਮਣੇ, ਔਰ ਉਹ 13 ਦੀਆਂ 13 ਸੀਟਾਂ ਦੇ ਉੱਤੋਂ ਹਰਿਆਣੇ ਵਿੱਚ ਵੀ ਅਤੇ ਹੋਰ ਕਈਆਂ ਥਾਵਾਂ 'ਤੇ ਉਹ ਆਪਣੀ ਚੋਣ ਲੜ ਰਿਹਾ। ਸੋ ਸਾਨੂੰ ਇਹ ਜਿਹੜੇ ਵੱਡੇ ਦੁਸ਼ਮਣ ਨੇ ਇਹਨਾਂ ਨੂੰ ਭਜਾਉਣ ਵਾਸਤੇ ਸਾਡੇ ਅੱਜ ਸਿੱਖ ਕੌਮ ਦਾ, ਸਾਰੇ ਪੰਜਾਬ ਵਾਸੀਆਂ ਦਾ ਇਹ ਫਰਜ਼ ਬਣਦਾ ਹੈ ਕਿ ਆਪਾਂ ਸਾਰੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ, ਉਹਦੇ ਉਮੀਦਵਾਰ ਜਿਤਾ ਕੇ, ਜਾਂ ਜਿਹੜੇ ਪੰਥਕ ਉਮੀਦਵਾਰ ਮੈਦਾਨ ਵਿੱਚ ਨੇ ਇਹਨਾਂ ਨੂੰ ਜਿਤਾ ਕੇ ਅਸੀਂ ਅਕਾਲੀ ਦਲ ਪੱਕੇ ਦੀ ਸਥਾਪਨਾ ਕਰੀਏ, ਔਰ ਦੂਸਰਾ ਇਹ ਜਿਹੜੀਆਂ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਨੇ ਜਿਹੜੀਆਂ ਵਰਗਲਾ ਕੇ ਪੰਜਾਬ ਦੇ ਵੋਟਰ ਨੂੰ ਗੁੰਮਰਾਹ ਕਰਦੀਆਂ ਨੇ ਔਰ ਉਹਦੀ ਲੁੱਟ ਕਸੁੱਟ ਕਰਦੀਆਂ ਹੈ, ਇਹਨਾਂ ਤੋਂ ਖਹਿੜਾ ਛਡਾਉਣ ਦੀ ਅੱਜ ਅਪੀਲ ਹੈ। ਮੈਂ ਦੇਸ਼ ਵਿਦੇਸ਼ ਵਿੱਚ ਵੱਸਦੇ ਜਿਹੜੇ ਸਿੱਖ ਨੇ, ਜਿਨ੍ਹਾਂ ਨੇ ਦੂਸਰੀਆਂ ਪਾਰਟੀਆਂ ਨੂੰ ਬਚਾਉਣ ਜਿਤਾਉਣ ਵਾਸਤੇ ਬਹੁਤ ਚੰਦੇ ਵੀ ਦਿੱਤੇ ਨੇ, ਮੈਂ ਅੱਜ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਪੰਜਾਬ ਦਾ ਫਿਕਰ ਕਰੀਏ, ਪੰਥ ਦਾ ਫਿਕਰ ਕਰੀਏ, ਗ੍ਰੰਥ ਦਾ ਫਿਕਰ ਕਰੀਏ। ਅੱਜ ਪਾਵਰ ਜਿਹੜੀ ਹੈ, ਸਾਨੂੰ ਕਿਸੇ ਦੇ ਅੱਗੇ ਧਰਨੇ ਜਾਂ ਮੋਰਚੇ ਲਾਉਣੇ ਨਾ ਪੈਣ, ਪਾਵਰ ਸਾਡੇ ਹੱਥ ਵਿੱਚ ਆਵੇ, ਅਸੀਂ ਖੁਦ ਆਪਣੇ ਫੈਸਲੇ ਕਰੀਏ ਔਰ ਅਸੀਂ ਖੁਦ ਲੋਕਾਂ ਨੂੰ ਇਨਸਾਫ ਦੇ ਕੇ ਇੱਕ ਮਾਡਲ, ਇੱਕ ਵਧੀਆ ਰਾਜ ਦਾ ਜਿਹੜਾ ਨਕਸ਼ਾ, ਅਸੀਂ ਉਹਦੀ ਤਿਆਰੀ ਕਰੀਏ। ਸੋ ਇਹ ਮੈਂ ਅਪੀਲ ਕਰਨ ਵਾਸਤੇ ਅੱਜ ਇੱਥੇ ਆਇਆ ਵਾਂ, ਔਰ ਮੈਨੂੰ ਉਮੀਦ ਹੈ ਕਿ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਅੱਜ ਪੰਥ ਅਤੇ ਗ੍ਰੰਥ ਨੂੰ ਮੁੱਖ ਰੱਖ ਕੇ, ਅੱਜ ਪੰਜਾਬ ਨੂੰ ਮੁੱਖ ਰੱਖ ਕੇ, ਜਿਹੜਾ ਪੰਜਾਬ ਉੱਜੜ ਰਿਹਾ, ਨਸ਼ਿਆਂ ਵਿੱਚ ਖਤਮ ਹੋ ਗਿਆ, ਔਰ ਪੰਜਾਬ ਦਾ ਬੱਚਾ ਅਤੇ ਬੱਚੀ ਇੱਥੋਂ ਨਿਰਾਸ਼ ਹੋ ਗਿਆ, ਉਹ ਵਿਦੇਸ਼ਾਂ ਵਿੱਚ ਭੱਜ ਰਿਹਾ, ਉਹਨੂੰ ਇੱਥੇ ਰਹਿਣ ਦਾ ਇਹਨਾਂ ਨੇ ਮੌਕਾ ਨਹੀਂ ਦਿੱਤਾ, ਨਾ ਰੁਜ਼ਗਾਰ ਦਿੱਤਾ। ਆਓ ਆਪਾਂ ਜਿਹੜਾ ਹੱਸਦਾ ਵੱਸਦਾ ਪੰਜਾਬ ਆਪਾਂ ਪਹਿਲਾਂ ਵੇਖਦੇ ਸੀ, ਉਸ ਪੰਜਾਬ ਨੂੰ ਅਸਲੀ ਰੂਪ ਦੇਣ ਵਾਸਤੇ ਅੱਜ ਜ਼ਰੂਰੀ ਹੈ ਕਿ ਅੱਜ ਕੋਈ ਨਵੀਂ ਗੱਲ ਕਰਨੀ ਚਾਹੀਦੀ ਹੈ, ਔਰ ਪਰਖਿਆ ਨੂੰ ਪਰਖੀਦਾ ਨਹੀਂ ਹੁੰਦਾ। ਸਿਮਰਨਜੀਤ ਸਿੰਘ ਮਾਨ ਜਿਹੜਾ ਇਹ ਆਪਣੇ ਸਟੈਂਡ ਦੇ ਉੱਤੇ ਬਿਲਕੁਲ ਖੜ੍ਹਾ। ਅੱਜ ਕੱਲ੍ਹ ਤਾਂ ਲੋਕ ਗੋਂਗਲੂ ਵਾਂਗੂ, ਬੈਂਗਣਾ ਵਾਂਗੂ, ਬਰਸਾਤੀ ਡੱਡੂਆਂ ਵਾਂਗੂ ਰੋਜ਼ ਦੀਆਂ ਦੋ ਦੋ ਪਾਰਟੀਆਂ ਵੀ ਬਦਲਦੇ ਨੇ। ਜਿਹੜੇ ਲੋਕ ਇੱਕ ਪਾਰਟੀ ਦੇ ਵਫ਼ਾਦਾਰ ਨਹੀਂ ਰਹਿ ਸਕਦੇ, ਉਹ ਲੋਕਾਂ ਦੇ ਵਫ਼ਾਦਾਰ ਕਦੀ ਨਹੀਂ ਹੋ ਸਕਦੇ।